ਹਾਂਜੀ ਕੰਬੋਜ ਰਕਡ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਆਪਾਂ ਕਰਨੂ ਜ਼ਿਲ੍ਹੇ ਦੇ ਢਿਲਪੀ ਢਿੱਲੋ ਬਾਰੇ ਗੱਲ ਕਰਾਂਗੇ ਤੇ ਪੂਰੀ ਇਨਫੋਰਮੇਸ਼ਨ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਰਨ ਊਜਲਾ ਤੇ ਦਿਲਪਿਟ ਢਿੱਲੋਂ ਦੇ ਕਲਾਪਸ Song ਹਮੇਸ਼ਾ ਹੀ ਹਿੱਟ ਹੁੰਦੇ ਨੇ ਤੇ ਉੱਥੇ ਹੀ ਹੁਣ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ 6 April ਨੂੰ ਦਿਲਪਿਟ ਢਿੱਲੋਂ ਤੇ ਕੁਲਬੀਰ ਚਿੰਜਰ ਦਾ ਨਵਾਂ ਕਲਾਪਸ Song ਰਿਲੀਜ਼ ਹੋਣ ਵਾਲਾ ਏ ਤੇ ਇਸ ਗਾਣੇ ਦੇ ਰਿਲੇਟਿਡ ਹੀ Speed Records ਦੇ ਵੱਲੋਂ Instagram ਉੱਤੇ Ask Me Ya Question ਵਾਲੀ ਸਟੋਰੀ ਸ਼ੇਅਰ ਕੀਤੀ ਗਈ ਸੀ ਤੇ ਇਸ ਸਟੋਰੀ ਵਿੱਚ ਕਰਨ ਊਜਲਾ ਦੇ ਫੈਨਸ ਵੱਲੋਂ Me Speed Records ਕੋਲੋਂ ਬਹੁਤ ਸਾਰੇ ਕੁਐਸ਼ਨ ਪੁੱਛੇ ਗਏ ਸੀ ਜਿਵੇਂ ਕਿ ਕਰਨ ਊਜਲਾ ਤੇ ਦਿਲਪਿਟ ਢਿੱਲੋਂ ਦੇ ਕਲਾਪਸ Song ਬਾਰੇ ਤੇ ਇਸ ਦਾ ਹੀ ਰਿਪਲਾਈ ਦਿੰਦੇ ਹੋਏ Speed Records ਦੇ ਵੱਲੋਂ ਆਪਣੀਆਂ ਸਟੋਰੀਆਂ ਵਿੱਚ ਇਹ ਹੰਦੇ ਵੱਲੋਂ ਫਿਰ ਤੋਂ ਇਹੀ ਕੁਐਸਚਨ ਪੁੱਛਿਆ ਗਿਆ ਕਿ ਕਰਨੂ ਜ਼ਿਲ੍ਹਾ ਤੇ ਦਿਲਪਿਟੇ ਲੋ ਕਲਾਪ ਸੌਂਗ ਤੇ ਇਸ ਦਾ ਰਿਪਲਾਈ ਦਿੰਦੇ ਹੋਏ ਸਪੀਡ ਰੈਕર્ડਸ ਨੇ ਲਿਖਿਆ ਇਟਸ ਅ ਸੁਪਰ ਹਿੱਟ ਤੇ ਇਸ ਤੋਂ ਹੁਣ ਇਹੀ ਲੱਗ ਰਿਹਾ ਕਿ ਬਹੁਤ ਹੀ ਜਲਦੀ ਕਰਨੂ ਜ਼ਿਲ੍ਹਾ ਤੇ ਦਿਲਪਿਟੇ ਲੋ ਦਾ ਕਲਾਪ ਸੌਂਗ ਆਉਣ ਵਾਲਾ ਹੈ ਜੋ ਕਿ ਸਪੀਡ ਰੈਕર્ડਸ ਦੇ ਆਫੀਸ਼ੀਅਲ YouTube ਚੈਨਲ ਦੇ ਉੱਤੇ ਰਿਲੀਜ਼ ਹੋਵੇਗਾ ਕਿਉਂਕਿ ਜਦੋਂ ਕਰਨੂ ਜ਼ਿਲ੍ਹਾ ਤੇ ਦਿਲਪਿਟੇ ਲੋ ਯੂਕੇ ਵਿੱਚ ਸੀ ਉਦੋਂ ਦਿਲਪਿਟੇ ਲੋ ਦੇ ਵੱਲੋਂ Instagram ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ ਜਿਸ ਤੋਂ ਬਾਅਦ ਸਾਰੇ ਇਹੀ ਕਹਿ ਰਹੇ ਸੀ ਕਿ ਕਰਨ ਊਜਲਾ ਤੇ ਦਿਲਪੀਟ ਢਿਲੋਂ ਦੇ ਵੱਲੋਂ ਕੋਈ ਕਲਾਪਸ Song ਤਿਆਰ ਕੀਤਾ ਗਿਆ ਹੈ ਤੇ ਹੁਣ ਵੇਖਣ ਵਾਲੀ ਗੱਲ ਇਹ ਹੋਵੇ ਕਿ ਇਹ ਕਲਾਪਸ Song ਕਦੋਂ ਤੱਕ ਰਿਲੀਜ਼ ਹੁੰਦਾ ਹੈ ਬਾਕੀ ਜੇਕਰ ਸਾਨੂੰ ਇਸ ਬਾਰੇ ਹੋਰ ਕੋਈ ਅਪਡੇਟ ਮਿਲਦੀ ਹੈ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਕਰਨ ਊਜਲਾ ਤੇ ਨਿਮਰਤ ਖਹਿਰਾ ਵਾਲੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਲਿੰਕ ਤੇ ਕਲਿੱਕ ਕਰਕੇ ਵੀਡੀਓ ਨੂੰ ਚੈੱਕ ਜ਼ਰੂਰ ਕਰਿਓ ਚੰਗਾ ਜੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਥੈਂਕ ਯੂ